ਦੋਸਤੋ, ਪੰਜਾਬ ਵਿੱਚ 22,000 ਏਕੜ ਜ਼ਮੀਨ ਅਕਵਾਇਰ ਅਤੇ 1628 ਕਿਲੋਮੀਟਰ ਐਕਸਪ੍ਰੈਸਵੇ ਭਾਰਤਮਾਲਾ ਯੋਜਨਾ ਤਹਿਤ NHI ਦੀ ਸੌਗਾਤ ਜਾਰੀ ਕਰਦੇ ਹਾਂ। ਕੱਲੀ ਕੱਲੀ ਸੜਕ ਦਾ ਜ਼ਿਕਰ ਵੀਡੀਓ ਅੰਤ ਤੱਕ ਜ਼ਰੂਰ ਵੇਖਣਾ ਅਤੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਦੋਸਤੋ, ਪੰਜਾਬ ਵਿੱਚ ਨਵੀਆਂ ਅਤੇ ਅਪਗ੍ਰੇਡ ਸੜਕਾਂ ਦਾ ਨਿਰਮਾਣ ਜ਼ੋਰਾਂ 'ਤੇ ਹੈ। ਭਾਰਤਮਾਲਾ ਯੋਜਨਾ ਤਹਿਤ ਗ੍ਰੀਨ ਫੀਲਡ ਜਾਣੀ ਕਿ ਨਵੀਆਂ ਅਤੇ ਬਰਾਊਨ ਫੀਲਡ ਜਾਣੀ ਕਿ ਪੁਰਾਣੀਆਂ ਅਪਗ੍ਰੇਡ ਸੜਕਾਂ ਦਾ ਕੰਮ ਚੱਲ ਰਿਹਾ ਹੈ ਅਤੇ ਪੰਜਾਬ ਵਿੱਚ ਐਕਸਪ੍ਰੈਸ ਵੇ ਭਾਰਤਮਾਲਾ ਯੋਜਨਾ ਦਾ ਹਿੱਸਾ ਹਨ, ਜਿਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੁਆਰਾ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਐਕਸੈਸ ਨਿਯੰਤ੍ਰਿਤ ਐਕਸਪ੍ਰੈਸ ਵੇ ਦੇ 1628 ਕਿਲੋਮੀਟਰ ਦਾ ਪ੍ਰਸਤਾਵ ਕੀਤਾ ਗਿਆ ਹੈ। 1628 ਕਿਲੋਮੀਟਰ ਵਿੱਚ 1100 ਕਿਲੋਮੀਟਰ ਗ੍ਰੀਨ ਫੀਲਡ ਅਤੇ 528 ਕਿਲੋਮੀਟਰ ਭੂਰੇ ਫੀਲਡ ਜਾਣੀ ਕਿ ਮੌਜੂਦਾ ਪ੍ਰੋਜੈਕਟ ਦਾ ਵਿਸਤਾਰ ਹੋਵੇਗਾ। ਪੰਜਾਬ ਵਿੱਚ ਪਹਿਲੀ ਵਾਰ 3 ਨਵੀਆਂ ਸੜਕਾਂ ਅੰਬਾਲਾ ਜੀਰਕਪੁਰ 40 ਕਿਲੋਮੀਟਰ, ਅੰਮ੍ਰਿਤਸਰ ਬਠਿੰਡਾ 155 ਕਿਲੋਮੀਟਰ ਅਤੇ ਮੋਹਾਲੀ ਸਰਹੰਦ 27 ਕਿਲੋਮੀਟਰ ਮੌਜੂਦਾ ਰੂਟਾਂ ਦੇ ਸਮਾਂਤਰ ਆਉਣਗੀਆਂ। ਇਹ ਸਾਰੀਆਂ ਸੜਕਾਂ ਭਾਰਤਮਾਲਾ ਪਰਯੋਜਨਾ ਦਾ ਹਿੱਸਾ ਹਨ। ਇਹਨਾਂ ਪ੍ਰੋਜੈਕਟਾਂ ਦੀ ਲਾਗਤ 40,000 ਕਰੋੜ ਰੁਪਏ ਹੈ, ਜਿਸ ਵਿੱਚ 12,000 ਕਰੋੜ ਰੁਪਏ ਜ਼ਮੀਨ ਦਾ ਮੁਆਵਜ਼ਾ ਵੀ ਸ਼ਾਮਲ ਹੈ। ਇਹਨਾਂ ਦੀ ਸ਼ੁਰੂਆਤ 2022 ਤੋਂ ਲੈ ਕੇ 3 ਸਾਲ ਦੀ ਸਮਾਂ ਸੀਮਾ ਹੈ। NHAI ਦੇ ਸਰਵੇਖਣ ਮੁਤਾਬਕ ਐਕਸਪ੍ਰੈਸ ਵੇ ਦੇ ਪ੍ਰੋਜੈਕਟਾਂ ਲਈ 22,000 ਏਕੜ ਜ਼ਮੀਨ ਅਕਵਾਇਰ ਕੀਤੀ ਜਾਵੇਗੀ, ਜਿਸ ਵਿੱਚ ਮੁੱਖ ਸ਼ਹਿਰ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਮਲੋਟ, ਮੰਡੀ ਡੱਬਵਾਲੀ ਅਤੇ ਫਗਵਾੜੇ ਦੇ ਅੰਦਰੋਂ ਆਵਾਜਾਈ ਨੂੰ ਬਾਹਰ ਕੱਢਣ ਲਈ 7 ਬਾਈਪਾਸ ਅਤੇ 13 ਹੋਰ ਐਕਸਪ੍ਰੈਸ ਵੇ ਪ੍ਰੋਜੈਕਟ ਸ਼ਾਮਲ ਹਨ, ਜਿਨ੍ਹਾਂ ਵਿੱਚ ਭੂਰੇ ਫੀਲਡ ਪ੍ਰੋਜੈਕਟ ਵਿੱਚ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ, ਬਠਿੰਡਾ ਤੋਂ ਮਲੋਟ ਅਤੇ ਫਗਵਾੜਾ ਤੋਂ ਲੁਧਿਆਣਾ ਸ਼ਾਮਲ ਹਨ, ਔਰ ਗ੍ਰੀਨ ਫੀਲਡ ਪ੍ਰੋਜੈਕਟ ਵਿੱਚ ਦਿੱਲੀ ਕਟੜਾ 397 ਕਿਲੋਮੀਟਰ ਔਰ ਅੰਮ੍ਰਿਤਸਰ ਕਨੈਕਟੀਵਿਟੀ 99 ਕਿਲੋਮੀਟਰ, ਅੰਮ੍ਰਿਤਸਰ ਬਠਿੰਡਾ 155 ਕਿਲੋਮੀਟਰ, ਲੁਧਿਆਣਾ ਬਠਿੰਡਾ 75 ਕਿਲੋਮੀਟਰ, ਲੁਧਿਆਣਾ ਤੋਂ ਰੋਪੜ 129 ਕਿਲੋਮੀਟਰ, ਮੋਹਾਲੀ ਤੋਂ ਸਰਹੰਦ 27 ਕਿਲੋਮੀਟਰ, ਅੰਬਾਲਾ ਤੋਂ ਜੀਰਕਪੁਰ 40 ਕਿਲੋਮੀਟਰ ਔਰ ਮੋਹਾਲੀ ਤੋਂ ਕੁਰਾਲੀ 31 ਕਿਲੋਮੀਟਰ ਔਰ ਮੋਗਾ ਤੋਂ ਬਾਜਾਖਾਨਾ 43 ਕਿਲੋਮੀਟਰ ਔਰ ਬਾਨੇ ਵਾਲੇ ਬਾਈਪਾਸ, ਜਿਨ੍ਹਾਂ ਵਿੱਚ ਲੁਧਿਆਣਾ 26 ਕਿਲੋਮੀਟਰ, ਜਲੰਧਰ ਬਾਈਪਾਸ 47 ਕਿਲੋਮੀਟਰ, ਅੰਮ੍ਰਿਤਸਰ 50 ਕਿਲੋਮੀਟਰ, ਪਟਿਆਲਾ 27 ਕਿਲੋਮੀਟਰ, ਮਲੋਟ 16 ਕਿਲੋਮੀਟਰ, ਮੰਡੀ ਡੱਬਵਾਲੀ 9 ਕਿਲੋਮੀਟਰ ਅਤੇ ਫਗਵਾੜਾ 7 ਕਿਲੋਮੀਟਰ ਸ਼ਾਮਲ ਹਨ, ਔਰ ਬਰਾਊਨ ਫੀਲਡ ਪ੍ਰੋਜੈਕਟਾਂ ਵਿੱਚੋਂ ਮਲੋਟ ਹਬੋਰ ਸਿੱਧੂਵਾਲ 65 ਕਿਲੋਮੀਟਰ, ਜੋਧਪੁਰ ਰੁਮਾਣਾ ਤੋਂ ਮੰਡੀ ਡੱਬਵਾਲੀ 28 ਕਿਲੋਮੀਟਰ, ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਊਨਾ 153 ਕਿਲੋਮੀਟਰ, ਰਾਇਆ ਤੋਂ ਬਟਾਲਾ ਡੇਰਾ ਬਾਬਾ ਨਾਨਕ 70 ਕਿਲੋਮੀਟਰ, ਅੰਮ੍ਰਿਤਸਰ ਅਜਨਾਲਾ ਡੇਰਾ ਬਾਬਾ ਨਾਨਕ 39 ਕਿਲੋਮੀਟਰ, ਬਠਿੰਡਾ ਮਲੋਟ 39 ਕਿਲੋਮੀਟਰ, ਮਲੋਟ ਤੋਂ ਮੰਡੀ ਡੱਬਵਾਲੀ 23 ਕਿਲੋਮੀਟਰ ਅਤੇ ਅਬੋਹਰ ਫਾਜ਼ਿਲਕਾ 46 ਕਿਲੋਮੀਟਰ
ਪਰ ਫਗਵਾੜਾ ਤੋਂ ਹੁਸ਼ਿਆਰਪੁਰ 42 ਕਿਲੋਮੀਟਰ ਪ੍ਰੋਜੈਕਟ ਸ਼ਾਮਲ ਹਨ। ਇਹ ਆਵਾਜਾਈ ਦੀ ਘਣਤਾ 'ਤੇ ਨਿਰਭਰ ਕਰਦੇ ਹੋਏ ਇਹ ਐਕਸਪ੍ਰੈਸ ਵੇ 4 ਜਾਂ 6 ਲੈਨ ਵਿੱਚ ਬਣਾਉਣ ਦੀ ਯੋਜਨਾ ਹੈ, ਜੋ ਨਿਰਵਿਘਨ ਆਵਾਜਾਈ ਦੇ ਪ੍ਰਭਾਵ ਲਈ ਜ਼ਮੀਨ ਤੋਂ 3-4 ਮੀਟਰ ਦੀ ਉਚਾਈ ਤੱਕ ਬਣਾਏ ਜਾਣਗੇ। ਇਹ ਐਕਸਪ੍ਰੈਸ ਵੇ ਪੰਜਾਬ ਰਾਜ ਵਿੱਚ ਵਿਕਾਸ ਨੂੰ ਅੱਗੇ ਵਧਾਉਣਗੇ, ਕਿਉਂਕਿ ਆਵਾਜਾਈ ਦੀ ਔਸਤ ਗਤੀ ਲਗਭਗ ਦੁੱਗਣੀ ਹੋ ਕੇ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਪਹੁੰਚ ਚੁੱਕੀ ਹੈ ਔਰ ਐਕਸੈਸ ਨਿਯੰਤ੍ਰਿਤ ਐਕਸਪ੍ਰੈਸ ਵੇ ਬੰਦਰਗਾਹਾਂ ਤੋਂ ਦੂਰੀ ਦੇ ਮਸਲੇ ਵਿੱਚ ਪੰਜਾਬ ਦੇ ਸਥਾਨਕ ਨੁਕਸਾਨ ਨੂੰ ਬੇਅਸਰ ਕਰ ਦੇਣਗੇ ਅਤੇ ਖੇਤੀਬਾੜੀ ਮਾਰਕੀਟਿੰਗ ਅਤੇ ਵਪਾਰਕ ਉਦਮਾਂ ਨੂੰ ਹੁਲਾਰਾ ਮਿਲੇਗਾ ਅਤੇ ਰੋਜ਼ਾਨਾ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਕਮੀ ਆਏਗੀ। ਔਰ ਦੋਸਤੋ, ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।